ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਾਫੀ ਬੱਚਿਆਂ ਦੇ ਮੈਸੇਜ ਆਉਂਦੇ ਪਏ ਸੀ ਕਿ ਵੀ ਐਕਟੀਵਿਟੀ ਜਿਹੜੀ ਹੈ ਐਗਜ਼ਾਮ ਟੌਪਿਕ ਤੇ ਲੈ ਕੇ ਆਓ, ਵੀ ਐਗਜ਼ਾਮ ਵਾਲੇ ਦਿਨ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵਾ। ਸੋ ਅੱਜ ਦੀ ਵੀਡੀਓ ਲਾਸਟ ਤੱਕ ਦੇਖਿਓ, ਜਿੰਨੀਆਂ ਕਨਫਿਊਜ਼ਨ ਤੁਹਾਨੂੰ ਹੈਗੀਆਂ ਵੀ ਐਗਜ਼ਾਮ ਦੇ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੀਏ, ਕਿਹੜੀਆਂ ਚੀਜ਼ਾਂ ਸਾਨੂੰ ਧਿਆਨ ਰੱਖਣੀਆਂ ਚਾਹੀਦਾ ਜੋ ਅਸੀਂ ਐਗਜ਼ਾਮ ਤੇ ਜਾ ਕੇ ਮਿਸਟੇਕ ਨਾ ਕਰੀਏ, ਸਾਡਾ ਐਗਜ਼ਾਮ ਖਰਾਬ ਨਾ ਹੋਵੇ। ਸੋ ਅੱਜ ਦੀ ਵੀਡੀਓ ਦੇ ਵਿੱਚ ਈਚ ਐਂਡ ਐਵਰੀਥਿੰਗ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰੂੰਗਾ ਜੋ ਬੱਚੇ ਐਗਜ਼ਾਮ ਤੇ ਜਾ ਕੇ ਗਲਤੀਆਂ ਕਰਕੇ ਆਉਂਦੇ ਆ ਜਾਂ ਪਹਿਲੇ ਐਗਜ਼ਾਮ ਵਾਰੀ ਤਾਂ ਮੋਸਟਲੀ ਬੱਚੇ ਇਹੋ ਜਿਹੀਆਂ ਗਲਤੀਆਂ ਕਰਦੇ ਆ ਕਿਉਂਕਿ ਪਹਿਲੀ ਵਾਰ ਐਗਜ਼ਾਮ ਦੇਣ ਜਾਣਾ ਹੁੰਦਾ ਵਾ, ਪਤਾ ਨਹੀਂ ਹੁੰਦਾ ਵੀ ਐਗਜ਼ਾਮ ਸੈਂਟਰ 'ਚ ਕਿਹੜੀਆਂ ਫੇਸ ਕਰਨੀਆਂ ਪੈਣਗੀਆਂ, ਗਲਤੀਆਂ ਕਰਦੇ ਆ ਤੇ ਰਿਜ਼ਲਟ ਉਹਨਾਂ ਦਾ ਡਾਊਨ ਆਉਂਦਾ ਵਾ। ਸੋ ਅੱਜ ਦੇ ਵੀਡੀਓ ਦੇ ਵਿੱਚ ਈਚ ਐਂਡ ਐਵਰੀਥਿੰਗ ਕੱਲੀ ਕੱਲੀ ਮਿਸਟੇਕ ਕੱਲੀ ਕੱਲੀ ਗੱਲਬਾਤ ਤੁਹਾਡੇ ਨਾਲ ਡਿਸਕਸ ਕਰੂੰਗਾ। ਤੇ ਜਿਹੜੇ ਬੱਚਿਆਂ ਨੇ ਕਹਿਣਾ ਹੁੰਦਾ ਨਾ ਵੀ ਸਰ ਮੇਰੇ 2-3 ਐਗਜ਼ਾਮ ਦੇਤੇ ਆ, ਰਿਜ਼ਲਟ ਮੇਰਾ ਰਿਪੀਟ ਹੋਈ ਜਾਂਦਾ, ਉਹਨਾਂ ਬੱਚਿਆਂ ਵਾਸਤੇ ਵੀ ਆਹ ਵੀਡੀਓ ਹੋਊਗੀ। ਬਿਕੋਜ਼ ਅੱਜ ਦੀ ਵੀਡੀਓ ਦੇ ਵਿੱਚ ਜੋ ਗਲਤੀਆਂ ਤੁਸੀਂ ਕਰਕੇ ਆਉਂਦੇ ਹੋ ਨਾ, ਰਿਜ਼ਲਟ ਰਿਪੀਟ ਨਹੀਂ, ਗਲਤੀਆਂ ਰਿਪੀਟ ਹੁੰਦੀਆਂ ਨੇ ਹਮੇਸ਼ਾ। ਸੋ ਐਗਜ਼ਾਮ ਸੈਂਟਰ ਬਾਰੇ ਕੱਲੀ ਕੱਲੀ ਚੀਜ਼, ਐਗਜ਼ਾਮ ਵਾਲੇ ਦਿਨ ਜੋ ਆਪਾਂ ਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ ਚੀਜ਼ਾਂ, ਅੱਜ ਦੀ ਵੀਡੀਓ ਦੇ ਵਿੱਚ ਕੱਲੀ ਕੱਲੀ ਈਚ ਐਂਡ ਐਵਰੀਥਿੰਗ ਚੀਜ਼ ਤੁਹਾਨੂੰ ਡਿਸਕਸ ਕਰ ਦੂੰਗਾ। ਸਭ ਤੋਂ ਪਹਿਲੀ ਚੀਜ਼ ਆ, ਜਦੋਂ ਆਪਾਂ ਐਗਜ਼ਾਮ ਦੇਣ ਜਾਂਦੇ ਆ, ਐਗਜ਼ਾਮ ਦੇਣ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਪ੍ਰੋਬਲਮ ਹੁੰਦੀ ਆ, ਬੱਚੇ ਨਾ ਇੱਕ ਦਿਨ ਪਹਿਲਾਂ ਇੰਨਾ ਪੜ੍ਹਦੇ ਆ, ਐਗਜ਼ਾਮ ਵਾਲੇ ਦਿਨ ਵੀ ਜਦੋਂ ਜਾਈ ਜਾਣਗੇ ਸੈਂਟਰ, ਜਾਣ ਲੱਗੇ ਕਾਪੀ ਉਹਨਾਂ ਦੇ ਹੱਥ 'ਚ ਹੁੰਦੀ ਆ, ਫੋਨ ਉਹਨਾਂ ਦੇ ਹੱਥ 'ਚ ਹੁੰਦਾ ਵਾ, ਪੜ੍ਹੀ ਜਾਣਗੇ। ਇੱਕ ਚੀਜ਼ ਨੂੰ ਧਿਆਨ 'ਚ ਰੱਖ ਲਿਓ, ਐਗਜ਼ਾਮ ਦੇਣ ਤੋਂ ਇੱਕ ਦਿਨ ਪਹਿਲਾਂ ਤੇ ਐਗਜ਼ਾਮ ਵਾਲੇ ਦਿਨ ਆਪਾਂ ਨੂੰ ਥੋੜ੍ਹਾ ਜਿਹਾ ਪੜ੍ਹਨਾ ਚਾਹੀਦਾ ਹੁੰਦਾ ਵਾ, ਲਿਮਿਟਡ ਜਿਹਾ ਪੜ੍ਹਿਆ ਕਰੋ। ਇਹ ਨਹੀਂ ਵੀ ਜਮਾਂ ਉਹਨੇ ਸਾਰਾ ਮਹੀਨਾ ਨਹੀਂ ਪੜ੍ਹੇ ਤੇ ਉਹ 2 ਦਿਨ ਦੇ ਵਿੱਚ ਲਗਾਤਾਰ ਪੜ੍ਹੀ ਜਾਇਆ ਕਰੋ। ਇਹ ਗਲਤੀ ਕਿਸੇ ਨੇ ਵੀ ਨਹੀਂ ਕਰਨੀ ਹੈਗੀ, 2 ਦਿਨ ਹੁੰਦਾ ਵਾ ਜਮਾਂ ਨੋਰਮਲ ਪ੍ਰੈਕਟਿਸ ਕਰਿਆ ਕਰੋ। ਤੇ ਜਦੋਂ ਆਪਾਂ ਐਗਜ਼ਾਮ ਸੈਂਟਰ 'ਚ ਪਹੁੰਚਦੇ ਹਾਂ, ਐਗਜ਼ਾਮ ਜਿਵੇਂ ਆਪਣਾ ਜਸਟ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ 1 ਵਜੇ ਆਪਣਾ ਐਗਜ਼ਾਮ ਆ, 1 ਵਜੇ ਆਪਣਾ ਐਗਜ਼ਾਮ ਸਟਾਰਟ ਆ 1:00, ਤੇ ਆਪਾਂ ਨੂੰ 12:30 ਤੇ ਆਪਣੀ ਐਂਟਰੀ ਹੋ ਜਾਂਦੀ ਐਗਜ਼ਾਮ ਸੈਂਟਰ ਦੇ ਅੰਦਰ, 12:30 ਤੇ ਆਪਾਂ ਨੂੰ ਅੰਦਰ ਆਵਾਜ਼ ਮਾਰ ਲੈਂਦੇ ਆ, ਤੇ ਅੱਧਾ ਘੰਟਾ ਪਹਿਲਾਂ ਆਪਣੀ ਐਂਟਰੀ ਹੋ ਜਾਂਦੀ ਹੈ। ਜਦੋਂ ਆਪਾਂ ਜਾਂਦੇ ਹਾਂ, ਆਪਾਂ ਰਿਸੈਪਸ਼ਨ ਤੇ ਬੈਠਦੇ ਹਾਂ, ਰਿਸੈਪਸ਼ਨ ਤੇ ਆਪਣੀ ਸਾਰੀ ਚੈਕਿੰਗ ਵਗੈਰਾ ਕਰਦੇ, ਆਪਣੇ ਤੋਂ ਪਾਸਪੋਰਟ ਦਿੰਦੇ ਆ, ਫਿੰਗਰਪ੍ਰਿੰਟ ਹੁੰਦੇ ਆ, ਸਾਈਨ ਵਗੈਰਾ ਕਰਵਾਉਂਦੇ ਆ। ਆਪਾਂ ਨੂੰ ਇੱਕ ਰੂਲਸ ਐਂਡ ਰੈਗੂਲੇਸ਼ਨ ਵਾਲਾ ਪੇਪਰ ਦਿੱਤਾ ਜਾਂਦਾ ਐਗਜ਼ਾਮ ਸੈਂਟਰ ਦੇ ਵਿੱਚ ਐਂਟਰ ਕਰਦੇ ਸਾਰ। ਉਹ ਰੂਲਸ ਐਂਡ ਰੈਗੂਲੇਸ਼ਨ ਵਾਲਾ ਪੇਪਰ ਨਾ ਬਹੁਤ ਬੱਚੇ ਇੱਕ ਚੀਜ਼ ਕਰਦੇ ਆ, ਉਹ ਇਗਨੋਰ ਕਰਦੇ ਉਹ ਚੀਜ਼ ਨੂੰ, ਉਹ ਪੜ੍ਹਦੇ ਨਹੀਂ ਗੇ ਉਹ ਚੀਜ਼ ਨੂੰ ਨਾ, ਉਹ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ, ਰੂਲਸ ਐਂਡ ਰੈਗੂਲੇਸ਼ਨ ਵਾਲਾ ਪੇਪਰ ਦਿੱਤਾ, 1-2 ਵਰਡਸ ਪੜ੍ਹ ਕੇ ਇੱਧਰ ਉੱਧਰ ਦੇਖਣ ਲੱਗ ਪੈਂਦੇ ਆ। ਸਭ ਤੋਂ ਪਹਿਲੀ ਚੀਜ਼ ਆ, ਜਦੋਂ ਤੁਸੀਂ ਐਂਟਰ ਹੁੰਦੇ ਹੋ ਨਾ, ਉਹ ਰੂਲਸ ਐਂਡ ਰੈਗੂਲੇਸ਼ਨ ਵਾਲਾ ਪੇਪਰ ਹਰੇਕ ਬੱਚੇ ਨੂੰ ਪੜ੍ਹਨਾ ਚਾਹੀਦਾ ਵਾ। ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਹਾਂ, ਬਹੁਤੀਆਂ ਚੀਜ਼ਾਂ ਹੁੰਦੀਆਂ ਨੇ, ਮੈਂ ਬਾਕੀ ਦੀ ਮੈਂ ਖੁਦ ਵੀ ਗੱਲ ਕਰਦਾ ਵਾਂ, ਕਈ ਵਾਰੀ ਤੁਹਾਨੂੰ ਕੋਈ ਚੀਜ਼ ਜਿਹੜੀ ਟੀਚਰ ਥੋੜ੍ਹਾ ਦੱਸਣੀ ਭੁੱਲ ਜਾਂਦਾ ਵਾ, ਕਈ ਵਾਰ ਉਹ ਦਿਮਾਗ 'ਚੋਂ ਸਕਿੱਪ ਹੋ ਜਾਂਦੀ ਆ, ਤੁਹਾਨੂੰ ਨਹੀਂ ਦੱਸ ਪਾਉਂਦਾ ਹੈਗਾ। ਜਿਹੜਾ ਰੂਲਸ ਐਂਡ ਰੈਗੂਲੇਸ਼ਨ ਵਾਲਾ ਪੇਪਰ ਐਗਜ਼ਾਮ ਦੇ ਵਿੱਚ ਤੁਹਾਨੂੰ ਦਿੱਤਾ ਜਾਂਦਾ ਨਾ, ਉਹਦੇ ਵਿੱਚ ਇੰਨੀਆਂ ਗੱਲਾਂ ਲਿਖੀਆਂ ਹੁੰਦੀਆਂ ਨਾ, ਜੇਕਰ ਤੁਸੀਂ 1 ਮਿੰਟ ਉਹ ਬੈਠ ਕੇ ਰੂਲਸ ਐਂਡ ਰੈਗੂਲੇਸ਼ਨ ਵਾਲਾ ਪੇਪਰ ਪੜ੍ਹ ਲਿਆ, ਸੋ 100 ਚੋਂ 100% ਤੁਸੀਂ ਐਗਜ਼ਾਮ ਦੇ ਵਿੱਚ ਕੋਈ ਗਲਤੀ ਨਹੀਂ ਕਰਕੇ ਆਉਂਗੇ। ਬਿਕੋਜ਼ ਕੱਲੀ ਕੱਲੀ ਗੱਲ ਨਾ ਐਗਜ਼ਾਮ 'ਚ ਜੋ ਆਪਾਂ ਪਰਫਾਰਮ ਕਰਨੀ ਆ, ਆਪਾਂ ਨੂੰ ਕੱਲੀ ਕੱਲੀ ਗੱਲ ਦੱਸੀ ਜਾਂਦੀ ਆ, ਆਹ ਸਪੀਡ ਹੋਣੀ ਚਾਹੀਦੀ ਆ ਸਪੀਕਿੰਗ ਦੇ ਵਿੱਚ, ਆਹ ਚੀਜ਼ ਇੱਦਾਂ ਕਰਨੀ ਆ, ਆਹ ਚੀਜ਼ ਇੱਦਾਂ ਕਰਨੀ ਆ, ਪ੍ਰੋਪਰ ਆਪਾਂ ਨੂੰ ਉਹ ਦੱਸੀ ਜਾਂਦੀ ਆ ਰੂਲਸ ਐਂਡ ਰੈਗੂਲੇਸ਼ਨ ਵਾਲੇ ਪੇਪਰ 'ਚ। ਸੋ ਇਹ ਚੀਜ਼ ਨੂੰ ਪਲੀਜ਼ ਪੜ੍ਹ ਕੇ ਆਇਆ ਕਰੋ, ਬਿਨਾਂ ਪੜ੍ਹੇ ਨੂੰ ਇਹ ਨਾ ਵੀ ਸਿੱਧਾ ਉਹਨੂੰ ਇਗਨੋਰ ਕਰਕੇ ਤੁਸੀਂ ਐਗਜ਼ਾਮ 'ਚ ਚਲੇ ਜਾਇਆ ਕਰੋ, ਇਹ ਚੀਜ਼ ਨੂੰ ਧਿਆਨ 'ਚ ਰੱਖਿਆ ਕਰੋ। ਤੇ ਇੱਕ ਗੱਲ ਹੋਰ, ਬੱਚਿਆਂ ਤੋਂ ਨਾ ਇਹ ਚੀਜ਼ ਕਹਿਣੀ ਹੁੰਦੀ ਆ, ਐਗਜ਼ਾਮ ਸੈਂਟਰ ਦੇ ਵਿੱਚ ਨਾ ਮੈਂ ਅਕਸਰ ਇਹ ਚੀਜ਼ ਵੇਖੀ ਆ ਵੀ ਐਗਜ਼ਾਮ ਸੈਂਟਰ ਦੇ ਵਿੱਚ ਮੋਸਟਲੀ ਬੱਚਿਆਂ ਦਾ ਕੁਐਸਚਨ ਹੁੰਦਾ ਵੀ ਨੋਇਸ ਕਿੰਨੀ ਕੁ ਹੁੰਦੀ ਆ, ਸਪੀਕਿੰਗ ਦੇ ਵਿੱਚ ਰੌਲਾ ਕਿੰਨਾ ਕੁ ਹੁੰਦਾ ਵਾ, ਸਪੀਕਿੰਗ ਦੇ ਵਿੱਚ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵਾ। ਸਪੀਕਿੰਗ ਦੇ ਵਿੱਚ ਜਦੋਂ ਆਪਾਂ ਐਗਜ਼ਾਮ ਸੈਂਟਰ 'ਚ ਐਂਟਰ ਕਰਦੇ ਹਾਂ, ਐਗਜ਼ਾਮ ਸੈਂਟਰ ਦੇ ਵਿੱਚ ਨਾ ਮੋਸਟਲੀ ਸੈਂਟਰ ਆਪਾਂ ਨੂੰ ਇੱਧਰ ਦੇਖਣ ਨੂੰ ਮਿਲ ਜਾਂਦੇ ਆ, ਜਾਂ ਕਈ ਵਾਰ ਕੀ ਚੀਜ਼ ਹੁੰਦੀ ਆ ਵੀ ਬੱਚੇ ਜਿਹੜੇ ਹੁੰਦੇ ਆ ਉਹਨਾਂ ਦੀ ਜ਼ਿਆਦਾ ਵੋਇਸ ਜਿਹੜੀ ਉੱਚੀ ਨਹੀਂ ਹੁੰਦੀ ਕਿ ਨੋਰਮਲ ਬੋਲਦੇ ਆ, ਤੇ ਕਈ ਵਾਰ ਐਗਜ਼ਾਮ ਸੈਂਟਰ 'ਚ ਇੱਦਾਂ ਦੇ ਬੱਚੇ ਆ ਜਾਂਦੇ ਜਿਨ੍ਹਾਂ ਦੀ ਆਵਾਜ਼ ਬਹੁਤ ਉੱਚੀ ਹੁੰਦੀ ਆ, ਬਹੁਤ ਜ਼ਿਆਦਾ ਲਾਊਡਲੀ ਬੋਲਦੇ ਆ। ਤੇ ਮੈਂ ਇੱਕ ਚੀਜ਼ ਤੁਹਾਨੂੰ ਐਕਸਪਲੇਨ ਕਰ ਦੇਵਾਂ, ਤੇ ਨਾ ਕਦੇ ਵੀ ਇਹ ਚੀਜ਼ ਹੋ ਜਾਂਦੀ ਆ, ਮੈਂ ਨਾ ਨਿੱਕੀ ਤੁਹਾਨੂੰ ਐਗਜ਼ਾਮਪਲ ਦਿੰਦਾ ਵਾਂ, ਜੇ ਮੁੰਡਾ ਜਾਂ ਕੁੜੀ ਆ, ਜਿਵੇਂ ਹੁਣ ਪਿੱਚ ਲੈਵਲ ਦਾ ਕਾਫੀ ਰੌਲਾ ਪੈਂਦਾ ਵਾ, ਸਰ ਪਿੱਚ ਲੈਵਲ ਵਾਸਤੇ ਕੋਈ ਐਪ ਦੱਸ ਦਿਓ, ਪਿੱਚ ਲੈਵਲ ਅਸੀਂ ਕਿੱਥੋਂ ਚੈੱਕ ਕਰ ਸਕਦੇ ਹਾਂ, ਜਿਹੜੀ ਪਿੱਚ ਲੈਵਲ ਹੁੰਦੀ ਹੈ ਨਾ ਕੋਈ ਐਪ ਤੁਹਾਨੂੰ ਪ੍ਰੋਪਰਲੀ ਦੱਸ ਨਹੀਂ ਸਕਦੀ ਹੈਗੀ ਵੀ ਤੁਹਾਡੀ ਨੈਚੁਰਲ ਪਿੱਚ ਕੀ ਆ, ਪਿੱਚ ਕਿਆ ਕਿਹਨੂੰ ਜਾਂਦਾ, ਅੱਜ ਮੈਂ ਤੁਹਾਨੂੰ ਦੱਸਦਾ, ਠੀਕ ਆ। ਪਿੱਚ ਜਿਹੜੀ ਹੁੰਦੀ ਹੈ ਨਾ, ਜਿਹੜਾ ਮੇਲ ਆ, ਮੇਲ ਜੇ ਉੱਚੀ ਬੋਲੂਗਾ, ਮੇਲ ਦੀ ਵਾਇਸ ਹੁੰਦੀ ਆ ਭਾਰੀ, ਠੀਕ ਆ, ਮੇਲ ਦੀ ਵਾਇਸ ਹੁੰਦੀ ਆ ਹੈਵੀ ਭਾਰੀ। ਜੇ ਮੇਲ ਆਪਦੀ ਨੋਰਮਲ ਵਾਇਸ ਤੋਂ ਉੱਚੀ ਬੋਲੂਗਾ, ਉਹਨੂੰ ਕਹਿੰਦੇ ਪਿੱਚ ਦਾ ਹਿੱਲ ਜਾਣਾ, ਕਿਉਂਕਿ ਉੱਚੀ ਬੋਲੂਗਾ ਉਹ ਓਵਰ ਪਿੱਚ ਹੋ ਜਾਣੀ ਆ ਤੇ ਉਹਦੇ ਐਗਜ਼ਾਮ ਦੇ ਵਿੱਚ ਸਕੋਰਿੰਗ ਨਹੀਂ ਹੋਣੀ। ਜਿਹੜੀ ਫੀਮੇਲਸ ਹੁੰਦੀਆਂ ਨੇ, ਕੁੜੀਆਂ ਹੁੰਦੀਆਂ ਨੇ, ਕੁੜੀਆਂ ਦੀ ਵਾਇਸ ਹੁੰਦੀ ਹੈ ਤਿੱਖੀ, ਕੁੜੀਆਂ ਜਦੋਂ ਓਵਰ ਹੋ ਕੇ ਬੋਲਦੀਆਂ ਨੇ, ਉੱਚੀ ਹੋ ਕੇ ਬੋਲਦੀਆਂ ਨੇ, ਉਹ ਓਵਰ ਪਿੱਚ ਚਲੀ ਜਾਂਦੀ ਆ, ਜ਼ਿਆਦਾ ਵੱਜ ਉੱਚੀ ਹੋ ਜਾਂਦੀ, ਤਿੱਖੀ ਹੋ ਜਾਂਦੀ ਆ। ਸੋ ਉਹ
अक्सर यह चीज होंगी भी जो रौला पैंता पे एग्जाम सेंटर के आप अपनी आवाज को उपर चक लें भी मैं थोड़ा जहा लाउडली बोलना शुरू करता पिछले लैवल एवं चीज आ एग्जाम के 50 वाले बच्चे 90 से बचा सकती है तो 90 वाले बच्चे 50 से भी लिया सकती है जेडे बच्चे का एक एक डाउट आ जेडे बच्चे की एक कंफ्यूजन आ कि मैं एग्जाम दे के आया वा मेरे सर स्कोर नहीं आए इतों स्कोर आ जाते हैं वह कारण आ भी बहुत वाडा हो सकता वा तो जेडे बच्चे ने एग्जाम देन जाना वा चाहे उन्होंने कल एग्जाम आ परसों एग्जाम आ यह चीज़ उन्होंने पहले दिन तो ध्यान च रखन थोड़े नाल बंदा बैठा जिन्ना मर्जी रौला पाई चले जिन्ना मर्जी उच्ची बोली चले बट मैं आपके कंफर्ट जोन तो बाहर नहीं जाना वो आवाज थोड़े माइक्रोफोन के बिल्कुल रिकॉर्ड नहीं होगी और नॉइस कंट्रोल होंगे या नॉइस कैंसलेशन होंगे उन्होंने वॉइस जी होंगी थोड़े माइक्रोफोन के रिकॉर्ड नहीं होगी इस चीज़ को ध्यान च रखियो जो थोड़े दिमाग यह चीज़ होंगी ना भी हम नीची बोली जाता मेरी आवाज रिकॉर्ड किमें होगी उन्होंने आवाज रिकॉर्ड नहीं होनी थोड़ी आवाज ही रिकॉर्ड होनी है नॉइस कैंसलेशन बहुत सेंसिटिव हैडफोन्स होंगे इस चीज़ को ध्यान च रखियो तो जो आप पीसी जाके बैठते हैं पीसी जाके आप बैठते हैं मोस्ट ऑफ दिया पीसी जाके जो बच्चे बैठते हैं सब तो पहला करते कि नहीं पीसी बैठ के उन्हें बहुत बच्चे होंगे जो इधर उधर देख लग पे सारा कुछ कर लग पे सब तो मैं एक चीज ध्यान रखना कदे भी ना जो पीसी बैठ के थोड़ा एग्जामिनर कहता हूं वा भी अपना एग्जाम स्टार्ट करो हैडफोन वेयर कर लो हैडफोन की सैटिंग कर लो एग्जाम स्टार्ट कर लो सब तो पहले बच्चे की करते होंगे जो हैडफोन वेयर करते हैं हैडफोन वेयर करके करते होंगे जो एग्जामिनर कह देंगे सर साडे हैडफोन ठीक कर जो नहीं तो आप जिवें हैडफोन पे वेयर करके एग्जाम स्टार्ट करना शुरू कर देंगे सब तो पहली गल एग्जामिनर की जिम्मेवारी नहीं कि भी थोड़ा हैडफोन ठीक करके जाए जाते ब्लेम ना करो मैं तो ठीक करवाए थे फिर भी मेरी रिकॉर्डिंग नहीं हुई एग्जाम आपके हैडफोन ठीक करना आपके हैडफोन की पोजिशन ठीक करना जिम्मेवारी नहीं है थोड़ी जिम्मेवारी है एग्जाम सेंटर के हैडफोन जो हूं वा हैडफोन मोस्टली जो अपने मुंह के कोल करके गोल करके रखा गया हूं ऐ जी होंगी डंडी ठीक है हैडफोन जो हूं वा अपने मुंह तो पैरलर सीधा रखा करो मुंह के कोल होंगी डंडी वो मुंह तो पैरलर सीधा करके रखा करो तो फेस तो तीन या दो उंगलों दूर करके रखा करो जी आवाज वो थोड़े हवा की आवाज वो रिकॉर्ड ना हो मुंह तो सीधा पैरलर माइक्रोफोन रखा करो ये चीज़ का ध्यान रखियो ना माइक्रोफोन थोड़े नोज को हो ना थोड़े ठोडी को लोअर लिप को होना चाहिए वा वो पोजिशन जी करैक्ट होंगी है ये चीज़ में ध्यान च रखियो जिदे अपना एग्जाम जोड़ा वा उन्होंने वधिया तरीके परफॉर्म कर सकते हो एक होर चीज़ में ध्यान च रखियो मोस्ट ऑफ दी ना बच्चे एक चीज़ कहते हैं भी सर जो असं एग्जाम स्टार्ट करते हैं ना ज वैसे भी असं मॉक टेस्ट स्टार्ट करते हैं असं नर्वस हो जाने सर असं काफ़ी नर्वस हो जाने तो जो नर्वसनैस दूर होंगी उदों रीड लॉड आ जाते सॉरी डिस्क्राइमेज आ जाते रीडा लैक्चर आ जाता वा साडे रिपीट सन टेस्ट रीड लॉड लंघ जाते जो असं नर्वस होंगे एक चीज़ में ध्यान च रखियो अपन ना जो एग्जाम स्टार्ट करते हैं मॉक टेस्ट के भी एग्जाम के भी अपन काफ़ी इंट्रोडक्शन वाली चीज़ा आदि ने वॉइस चैक करने आँदी अपनी इंट्रोडक्शन नाम वगैरह अपना दसया जाता सब कुछ दसया जाता वा वो चीज़ा के नंबर नहीं गए बहुत बच्चों को लगता वा भी इंट्रोडक्शन के नंबर होंगे इंट्रोडक्शन तो जीरो नंबर इंट्रोडक्शन का कोई नंबर नहीं गा और रिसेप्शन के थोड़े फिंगरप्रिंट लै लेंगे पिक लै लेंगे पासपोर्ट चैक कर लेंगे सारी आइडेंटिटी चैक कर लेंगे वह चीज़ा बस उ भी थोड़ी आइडेंटिटी सारा कुछ एग्जाम वास्ते जी एग्जाम स्टार्ट होने तो पहला इंट्रो आती होंगी ना निकी जी उस स्पैशल पीयर ने भी मैनशन किया वा भी इंट्रो जी बच्चे का कंफर्ट जैम वो बच्चा कंफर्ट जोन चप वापस आ जाए नर्वस ना हो करके दी गई है भी बच्चा उत्थे प्रैक्टिस करके कंफर्ट जोन च आ जाए नर्वस ना हो बहुत बच्चे की करते हैं पजल जो हुई जाएंगे वो इंट्रो भी इन्ना बर्डन लैके करते इन्ना स्ट्रैस लैके करते हैं पता नहीं इंट्रो के किन्ने नंबर आ मिनट टू मिनट नैक्सट करके रिलोड से पहुंच जाते हैं कदम भी आपको एग्जाम उदों तक स्टार्ट नहीं करना चाहिए जदों तक आप नहीं लगता है भी मैं अपने कंफर्ट जोन के भाला एक मिनट अद्धा मिनट दो मिनट तुम अगे ला दो इंट्रो से ला दो डजन मैटर जो तक तुम रीड लॉड तक पहुंचते नहीं ना थोड़ा टाइम स्टार्ट नहीं होता यह चीज़ को ध्यान च रखियो मैं इंट्रो से खड़ा ना मैं इंट्रो से खड़ा वा जो तक मैं नैक्सट नहीं करता पाया अगर रीड लॉड से नहीं पहुंचता पाया गा मेरा टाइम स्टार्ट नहीं होता तो जो एग्जामिनर पिछे खड़ा है ना एग्जामिनर का फर्ज आ एग्जामिनर की ड्यूटी है तुम्हें कहना भी स्टार्ट करो एग्जाम बट जो तक तुम सैटिस्फाई नहीं होंगे गे उदों तक एग्जाम स्टार्ट ना करया करो थोड़ू पूरा हक उन्होंने कहता भी सर मैं हजे सैटिस्फाई नहीं गा दो मिनट रुक जाओ मैं चैक कर लें तो फिर मैं अगर चला जाता वा ठीक है तो यह चीज़ को प्रॉपरली ध्यान रखा करो उदों तक आपका एग्जाम स्टार्ट ना करया करो मेरे सारे बच्चों ने रिक्वेस्ट आ तो एक चीज़ मैं होर तुम्हें दसनी चाहना वा बिना जो आप इंट्रोडक्शन करते हैं इंट्रोडक्शन तो पहला अपने एक वॉइस सैटिंग वाली ऑप्शन आती है जिद जिनी वॉइस आप जमें लिसनिंग सुनी जमें आप रिपीट सेंटेंस आते आप रिपीट सेंटेंस कि वॉइस रिपीट सेंटेंस सुनने अपन ऑप्शन दी जाती है भी उन्ने वॉइस आपके की एडजस्टमेंट कर लो आवाज़ को काफ़ी बच्चे आवाज़ में फॉलो कर लेंगे काफ़ी बच्चे आवाज़ में फॉलो कर लेंगे मैं वो आवाज़ सुनूगी तो मैं चक लूँगा एक चीज़ मैं तुम्हें समझा दा जिनी वॉइस फॉलो करोगे रिपीट सेंटेंस घट सुनोगे ह्यूमन साइकोलॉजी आ कोई चीज़ उच्ची ला के देख लो कहीं हैडफोन्स के कोई चीज़ उच्ची ला के देख लो घर प्रैक्टिस करके देख लो जिनी चीज़ उच्ची आप लिसन करा ना उन्ना आपको घट सुनता
ਜਿੰਨੀ ਚੀਜ਼ ਆਪਾਂ ਉੱਚੀ ਲਿਸਨ ਕਰਦੇ ਪਏ ਹਾਂ ਉਨਾ ਆਪਾਂ ਨੂੰ ਘੱਟ ਸੁਣਦਾ ਪਿਆ ਵਾ, ਜਿੰਨਾ ਆਪਾਂ ਮੀਡੀਅਮ ਵੋਇਸ ਤੇ ਸੁਣਦੇ ਪਏ ਹਾਂ ਨਾ ਆਪਣਾ ਦਿਮਾਗ ਵੀ ਵੱਧ ਜ਼ੋਰ ਲਾਊਗਾ, ਆਪਣੇ ਕੰਨ ਵੀ ਵੱਧ ਜ਼ੋਰ ਲਾਉਣਗੇ ਤੇ ਚੀਜ਼ ਨੂੰ ਕੈਚ ਕਰਕੇ ਵੀ ਰੱਖਣਗੇ। ਜਿੰਨੀ ਉੱਚੀ ਚੀਜ਼ ਆ ਕੰਨ ਸੁਣ ਲੈਣਗੇ ਪਰ ਦਿਮਾਗ ਕੈਚ ਨਹੀਂ ਕਰ ਪਾਉਂਦਾ, ਨਿਕਲ ਜਾਂਦੀ ਆ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਸੋ ਕਿਸੇ ਨੇ ਐਗਜ਼ਾਮ ਸੈਂਟਰ ਦੇ ਵਿੱਚ ਇਹ ਗਲਤੀ ਨਹੀਂ ਕਰਨੀ ਗੀ, ਉਹ ਵੋਇਸ ਨੂੰ ਫੁੱਲ ਨਹੀਂ ਕਰਨਾ ਹੈਗਾ, ਆਪਦੀ ਲਿਮਿਟ ਦੇ ਅਕੋਰਡਿੰਗ ਵੀ ਜਿੰਨੀ ਤੁਹਾਨੂੰ ਲੱਗਦੀ ਵੀ ਹਾਂ ਠੀਕ ਆ ਨੋਰਮਲ ਆ ਉਹ ਨੋਰਮਲ ਵੋਇਸ ਨੂੰ ਰੱਖਿਆ ਕਰੋ, ਜ਼ਿਆਦਾ ਫਾਸਟ ਨਾ ਕਰਿਆ ਕਰੋ। ਜਦੋਂ ਤੁਸੀਂ ਪ੍ਰੋਪਰ ਕੰਫਰਟ ਜ਼ੋਨ ਦੇ ਵਿੱਚ ਚਲੇ ਜਾਂਦੇ ਹੋ, ਉਹ ਸਾਰੀ ਇੰਟਰੋਡਕਸ਼ਨ ਦੇ ਵਿੱਚ ਲੈਣਾ ਲਾਉਣਾ ਜਿਹੜੀਆਂ ਦਿੱਤੀਆਂ ਗਈਆਂ ਨੇ ਉਹ ਉੱਪਰ ਨੀਚੇ ਜਿਹੜੀਆਂ ਲਿਖੀਆਂ ਜਾਂਦੀਆਂ ਹੁੰਦੀਆਂ ਵੈਂਟਰ ਤੋਂ ਪਹਿਲਾਂ ਲਾਈਨਾਂ, ਉਹ ਸਾਰੀਆਂ ਪੜ੍ਹ ਪੁੜ ਕੇ ਆਪਦੇ ਕੰਫਰਟ ਜ਼ੋਨ 'ਚ ਆ ਰਿਹਾ ਕਰੋ ਰੀਡ ਲਾਊਟ ਦੇ ਆਉਣ ਤੋਂ ਪਹਿਲਾਂ। ਜਦੋਂ ਨੈਕਸਟ ਕਰਕੇ ਰੀਡ ਲਾਊਟ ਸਟਾਰਟ ਕਰਦੇ ਹੋ, ਇੱਕ ਚੀਜ਼ ਨੂੰ ਧਿਆਨ 'ਚ ਰੱਖਿਓ, ਬਹੁਤ ਬੱਚੇ ਰੀਡ ਲਾਊਟ ਦੇ ਵਿੱਚ ਕੀ ਕਰਦੇ ਨੇ, ਰੀਡ ਲਾਊਟ ਦੇ ਵਿੱਚ ਨਾ ਉਹ ਬਹੁਤ ਜ਼ਿਆਦਾ ਪਹਿਲਾਂ ਤੋਂ 40 ਸੈਕਿੰਡਸ ਦੇ ਵਿੱਚ ਰੀਡ ਲਾਊਟ ਨੂੰ ਮੂੰਹ ਦੇ ਵਿੱਚ ਪ੍ਰੈਪਰੇਸ਼ਨ ਕਰਦੇ ਨੇ, ਧਿਆਨ ਇੱਧਰ ਉੱਧਰ ਚਲਾ ਜਾਂਦਾ ਵਾ। ਸਭ ਤੋਂ ਪਹਿਲੀ ਗੱਲ ਆ ਰੀਡ ਲਾਊਟ ਦੇ ਵਿੱਚ ਕਦੇ ਵਾਸਤੇ ਵੀ ਤੁਸੀਂ ਜਿਹੜਾ ਵਾ 40 ਸੈਕਿੰਡਸ ਦੇ ਵਿੱਚ ਮੂੰਹ ਦੇ ਵਿੱਚ ਪ੍ਰੈਪਰੇਸ਼ਨ ਨਹੀਂ ਕਰਨੀ। ਜੇਕਰ ਮੂੰਹ ਦੇ ਵਿੱਚ ਤੁਸੀਂ ਰੀਡ ਲਾਊਟ ਦੀ ਪ੍ਰੈਪਰੇਸ਼ਨ ਕਰਦੇ ਪਏ ਹੋ ਤੇ ਡੈਫੀਨੇਟਲੀ ਤੁਹਾਡਾ ਐਗਜ਼ਾਮ ਖਰਾਬ ਆ। ਹਮੇਸ਼ਾ ਜਦੋਂ ਸਪੀਕਿੰਗ ਦਾ ਕੋਈ ਵੀ ਪਾਰਟ ਆ, ਡਿਸਕ੍ਰਾਈਮੇ ਜਾਂ ਤੁਹਾਡਾ ਆ ਗਿਆ ਠੀਕ ਹੈ, ਤੁਹਾਡੇ ਜਿਵੇਂ ਰੀਡ ਲਾਊਟ ਆ ਗਏ, ਕਦੇ ਵਾਸਤੇ ਇਹਨਾਂ ਚੀਜ਼ਾਂ ਦੀ ਮੂੰਹ ਦੇ ਵਿੱਚ ਪ੍ਰੈਪਰੇਸ਼ਨ ਨਾ ਕਰਿਆ ਕਰੋ। 40 ਸੈਕਿੰਡਸ ਦੇ ਵਿੱਚ ਜਿਵੇਂ ਰਿਕਾਰਡਿੰਗ 'ਚ ਬੋਲ ਕੇ ਕਰਦੇ ਹੋ ਨਾ, ਬੋਲ ਕੇ ਪ੍ਰੈਪਰੇਸ਼ਨ ਕਰਿਆ ਕਰੋ, ਡੈਫੀਨੇਟਲੀ ਉਹ ਚੀਜ਼ ਤੁਹਾਡੀ ਕੀ ਆ ਇੱਕ ਬਹੁਤ ਵਧੀਆ ਤੁਹਾਨੂੰ ਇੰਪਰੂਵਮੈਂਟ ਕਰਵਾਊਗੀ। ਤੇ ਜਿਹੜਾ ਸਪੈਲਿੰਗ ਤੁਹਾਨੂੰ ਲੱਗਦਾ ਹੁੰਦਾ ਨਾ ਰੀਡ ਲਾਊਟ ਦੇ ਵਿੱਚ, ਖਾਸ ਕਰਕੇ ਵੀ ਮੈਨੂੰ ਆਹ ਸਪੈਲਿੰਗ ਦੇ ਵਿੱਚ ਮੈਂ ਥੋੜਾ ਜਿਹਾ ਕਨਫਿਊਜ਼ ਆ ਵੀ ਇਸ ਸਪੈਲਿੰਗ ਨੂੰ ਕਿਵੇਂ ਬੋਲਣਾ ਵਾ, ਕਿਵੇਂ ਪ੍ਰੋਨਾਂਸ ਕਰਨਾ ਵਾ, ਮੈਨੂੰ ਔਖਾ ਲੱਗਦਾ ਪਿਆ ਵਾ, ਇੱਕ ਰੀਡ ਲਾਊਟ ਦੇ ਵਿੱਚ ਆਪਾਂ ਇੱਕ ਹੱਦ ਦੋ ਸਪੈਲਿੰਗ ਮੈਂ ਸਕਿਪ ਕਰ ਸਕਦੇ ਆ, ਇੱਕ ਰੀਡ ਲਾਊਟ ਦੇ ਵਿੱਚ ਆਪਾਂ ਇੱਕ ਜਾਂ ਹੱਦ ਦੋ ਸਪੈਲਿੰਗ ਛੱਡ ਸਕਦੇ ਆ, ਇਸ ਤੋਂ ਜ਼ਿਆਦਾ ਨਹੀਂ ਠੀਕ ਹੈ। ਉਹ ਵੀ ਲੋੜ ਆਪਾਂ ਨੂੰ ਉਦੋਂ ਪੈਂਦੀ ਹੁੰਦੀ ਆ ਵੀ ਜਦੋਂ ਆਪਾਂ ਨੂੰ ਬਹੁਤ ਡਿਫੀਕਲਟ ਆ ਜਾਣ, ਚਾਹੇ ਰੀਡ ਲਾਊਟ ਆ ਚਾਹੇ ਰਿਪੀਟ ਸੈਂਟੈਂਸ ਆ, ਆਹ ਲੈਵਲ ਹੁੰਦਾ ਉਹ ਚੀਜ਼ ਦਾ, ਉਹ ਪਹਿਲੇ ਕੁਐਸਚਨ ਤੇ ਤੁਹਾਡੇ ਤੇ ਬਰਡਨ ਨਹੀਂ ਪਾਉਣਗੇ। ਜਿਹੜਾ ਪਹਿਲਾ ਰੀਡ ਲਾਊਟ ਹੋਊਗਾ ਥੋੜਾ ਜਿਹਾ ਸੀ, ਫਿਰ ਹੌਲੀ 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 ਤੁਹਾਡੇ ਤੇ ਪ੍ਰੈਸ਼ਰ ਪਾਉਂਦੇ ਜਾਣਗੇ, ਹੌਲੀ ਹੌਲੀ ਲੈਵਲ ਅਪ ਹੁੰਦਾ ਜਾਂਦਾ ਹੁੰਦਾ। ਜਿਵੇਂ 6 to 7 ਆਪਾਂ ਨੂੰ ਰੀਡ ਲਾਊਟ ਐਗਜ਼ਾਮ 'ਚ ਆਉਂਦੇ ਪਏ ਆ, ਪਹਿਲਾਂ ਵਾਲੇ 4-5 ਹੋਣਗੇ ਜਿਹੜੇ ਉਹ ਬਹੁਤ ਈਜ਼ੀ ਹੋਣਗੇ, ਜਿਹੜੇ ਲਾਸਟ ਵਾਲੇ 2 ਜਾਂ 3 ਰੀਡ ਲਾਊਟ ਹੋਣਗੇ ਉਹ ਥੋੜੇ ਜਿਹੇ ਲੈਂਥੀ ਹੋ ਜਾਣਗੇ, ਜਿਹਨਾਂ ਦੇ ਵਿੱਚ ਇੱਕ ਦੋ ਵਾਰ ਡਿਫੀਕਲਟ ਹੋਣਗੇ। ਬਸ ਉਹ ਚੀਜ਼ਾਂ ਦਾ ਧਿਆਨ ਰੱਖਣਾ ਵਾ। ਸਪੀਕਿੰਗ ਨੂੰ ਵਿੱਚ ਸਪੀਕਿੰਗ ਦੇ ਵਿੱਚ ਐਗਜ਼ਾਮ ਸੈਂਟਰ ਦੇ ਵਿੱਚ ਥੋੜੀ ਜਿਹੀ ਨੋਇਸ ਹੁੰਦੀ ਆ, ਬਿਕੋਜ਼ ਐਗਜ਼ਾਮ ਦੇ ਵਿੱਚ ਨਾ ਕਾਫੀ ਬੱਚੇ ਜਦੋਂ ਲਗਾਤਾਰ ਬੋਲਦੇ ਹੁੰਦੇ ਆ ਥੋੜੀ ਜਿਹੀ ਉੱਥੇ ਨੋਇਸ ਹੁੰਦੀ ਆ, ਹੋਰ ਕਿਸੇ ਵੀ ਚੀਜ਼ ਦੇ ਵਿੱਚ ਨੋਇਸ ਨਹੀਂ ਹੁੰਦੀ, ਨਾ ਰਾਈਟਿੰਗ ਦੇ ਵਿੱਚ ਹੁੰਦੀ ਆ, ਨਾ ਰੀਡਿੰਗ ਦੇ ਵਿੱਚ ਹੁੰਦੀ ਆ, ਤੇ ਨਾ ਲਿਸਨਿੰਗ ਦੇ ਵਿੱਚ ਹੁੰਦੀ ਆ। ਬਸ ਧਿਆਨ ਇਹ ਚੀਜ਼ ਦਾ ਤੁਸੀਂ ਰੱਖਣਾ ਵਾ ਵੀ ਸਪੀਕਿੰਗ ਦੇ ਵਿੱਚ ਆਪਦਾ ਫੋਕਸ ਬਣਾ ਕੇ ਰੱਖਿਆ ਕਰੋ, ਕਿਉਂਕਿ ਘਰੇ ਤਾਂ ਆਪਾਂ ਕਹਿ ਦਿੰਦੇ ਹਾਂ ਓਬਵੀਅਸਲੀ, ਹੁਣ ਹੱਸਣ ਵਾਲੀ ਗੱਲ ਆ ਭਲਾ ਵੀ ਘਰੇ ਜਦੋਂ ਆਪਾਂ ਪ੍ਰੈਕਟਿਸ ਬਹਿ ਕੇ ਕਰਦੇ ਹਾਂ, ਘਰੇ ਆਪਾਂ ਕਰਦੇ ਨਹੀਂ ਗੇ ਚੁੱਪ ਕਰ ਜਾ ਤੁਹਾਨੂੰ ਪਤਾ ਨਹੀਂ ਮੈਂ ਐਗਜ਼ਾਮ ਦੇਈ ਜਾਂਦਾ, ਚੁੱਪ ਕਰ ਜਾ ਤੁਹਾਨੂੰ ਪਤਾ ਨਹੀਂ ਮੈਂ ਪੜ੍ਹੀ ਜਾਂਦਾ ਵਾ, ਬੋਲੀ ਜਾਂਦੇ ਐਵੇਂ, ਪਰ ਗੱਲ ਇਹ ਹੁੰਦੀ ਹੈ ਵੀ ਐਗਜ਼ਾਮ ਸੈਂਟਰ ਜਾਂ ਨਹੀਂ ਕਿਹਾ ਜਾਂਦਾ, ਐਗਜ਼ਾਮ ਸੈਂਟਰ 'ਚ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ ਫਿਰ ਆਪਾਂ ਉੱਥੇ ਕਨਫਿਊਜ਼ ਹੋ ਜਾਂਦੇ ਹਾਂ। ਜਦੋਂ ਘਰੇ ਆਪਾਂ ਰੌਲਾ ਲੱਪੇ 'ਚ ਬਹਿ ਕੇ ਪ੍ਰੈਕਟਿਸ ਕਰਦੇ ਪਏ ਹਾਂ ਨਾ, ਉਹ ਸਮਝਿਆ ਕਰੋ ਵੀ ਸਾਡੀ ਪ੍ਰੈਕਟਿਸ ਹੁੰਦੀ ਪਈ ਆ, ਤੁਸੀਂ ਆਪਦਾ ਫੋਕਸ ਆਪਦਾ ਕੰਸਨਟ੍ਰੇਟ ਬਣਾ ਕੇ ਰੱਖਿਆ ਕਰੋ, ਕੰਸਨਟ੍ਰੇਸ਼ਨ ਪੂਰੀ ਹੋਣੀ ਚਾਹੀਦੀ ਆ। ਜੇ ਫੋਕਸ ਆਪਦਾ ਉਦੋਂ ਬਣਾ ਕੇ ਰੱਖੋਗੇ ਨਾ ਤਾਂ ਡੈਫੀਨੇਟਲੀ ਤੁਹਾਡੇ ਸਕੋਰ ਹੋਣਗੇ। ਮੋਸਟਲੀ ਬੱਚੇ ਕੀ ਕਰਦੇ ਹੁੰਦੇ ਆ, ਬੱਚਿਆਂ ਦੇ ਜਿਹੜੇ ਸਕੋਰ ਕਾਹ ਤਾਂ ਨਹੀਂ ਹੋ ਪਾਉਂਦੇਗੇ, ਬੱਚਿਆਂ ਦੇ ਸਕੋਰ ਤਾਂ ਨਹੀਂ ਹੋ ਪਾਉਂਦੇਗੇ ਕਿਉਂਕਿ ਉਹ ਆਪਦਾ ਫੋਕਸ ਨਹੀਂ ਰੱਖ ਪਾਉਂਦੇਗੇ। ਜਦੋਂ ਫੋਕਸ ਆਪਦਾ ਨਹੀਂ ਰੱਖੋਗੇ ਐਗਜ਼ਾਮ ਦੇ ਵਿੱਚ, ਤੁਹਾਡਾ ਫੋਕਸ ਹੀ ਐਗਜ਼ਾਮ 'ਤੇ ਨਹੀਂ ਹੈਗਾਗਾ, ਫਿਰ ਉਹ ਚੀਜ਼ ਤੁਹਾਨੂੰ ਡਿਜ਼ਾਇਰ ਸਕੋਰ ਕਿਵੇਂ ਦਵਾਊਗੀ, ਇਹ ਚੀਜ਼ ਨੂੰ ਧਿਆਨ 'ਚ ਰੱਖੋ। ਕਿਉਂਕਿ ਇੱਕ ਚੀਜ਼ ਮੈਂ ਐਗਜ਼ਾਮਪਲ ਕਹਿੰਦਾ ਹੁੰਦਾ ਵਾ ਵੀ ਨਾਲ ਦਾ ਬੱਚਾ ਜਿੰਨੀ ਮਰਜ਼ੀ ਉੱਚੀ ਬੋਲੀ ਜਾਂਦਾ ਹੋਵੇ, ਡਜ਼ਨਟ ਮੈਟਰ ਜਿੰਨੀ ਮਰਜ਼ੀ ਉੱਚੀ ਬੋਲੀ ਜਾਂਦਾ ਵਾ, ਪਰ ਆਪਣਾ ਫਰਜ਼ ਉਹ ਚੀਜ਼ ਦੇ ਵਿੱਚ ਇਹ ਬਣਦਾ ਹੁੰਦਾ ਵਾ ਵੀ ਮੈਂ ਆਪਦਾ ਫੋਕਸ ਜਿਹੜਾ ਵਾ ਐਗਜ਼ਾਮ 'ਤੇ ਬਣਾ ਕੇ ਰੱਖਾਂ। ਬਹੁਤ ਬੱਚੇ ਐਗਜ਼ਾਮ ਦੇ ਵਿੱਚ ਆਪਦਾ ਫੋਕਸ ਬਣਾ ਕੇ ਰੱਖਦੇ ਗਏ, ਧਿਆਨ ਇੱਕ ਦੂਜੇ ਵੱਲ ਹੋ ਜਾਂਦਾ ਵਾ, ਤਾਂ ਕਰਕੇ 100 ਚੋਂ 90% ਬੱਚੇ ਆ ਉਹ ਆਪਦਾ ਐਗਜ਼ਾਮ ਖਰਾਬ ਕਰਕੇ ਆਉਂਦੇ ਆ। ਬੱਚਿਆਂ ਦਾ ਫੋਕਸ ਹਿੱਲਵਣਾ ਪਾਰਟ ਹੈਗਾ ਵਾ ਰਿਪੀਟ ਸੈਂਟੈਂਸ, ਬੱਚਿਆਂ ਦਾ ਫੋਕਸ ਹਿੱਲਵਣਾ ਪਾਰਟ ਹੈਗਾ ਵਾ ਡਿਸਕ੍ਰਾਈਮੇਜ, ਕਿਉਂਕਿ ਮੋਸਟਲੀ ਡਿਸਕ੍ਰਾਈਮੇਜ ਦੇ ਵਿੱਚ ਕੀ ਚੀਜ਼ ਹੁੰਦੀ ਆ, ਡਿਸਕ੍ਰਾਈਮੇਜ ਦੇ ਵਿੱਚ ਸਾਰੇ ਨੇ ਆਪਦਾ ਆਪਦਾ ਟੈਬਲੇਟ ਬੋਲਣ ਲੱਗ ਪੈਂਦੇ ਹੁੰਦੇ ਆ ਤੇ ਬੱਚੇ ਇੱਕ ਦੂਜੇ ਵੱਲ ਵੇਖਣ ਲੱਗ ਪੈਂਦੇ, ਯਾਰ ਇਹ ਕੀ ਬੋਲੀ ਜਾਂਦਾ ਉਹ ਕੀ ਬੋਲੀ ਜਾਂਦਾ, ਐਗਜ਼ਾਮ ਖਰਾਬ ਕਰ ਲੈਂਦੇ ਨੇ। ਕਦੇ ਵਾਸਤੇ ਵੀ ਸਪੀਕਿੰਗ ਦੇ ਵਿੱਚ ਇੰਨਾ ਕੁ ਫੋਕਸ ਬਣਾ ਕੇ ਰੱਖੋ ਕਿ ਆਪਾਂ ਨੂੰ ਆਲੇ ਦੁਆਲੇ ਦਾ ਪਤਾ ਹੀ ਨਾ ਲੱਗੇ, ਆਲੇ ਦੁਆਲੇ ਦਾ ਪਤਾ ਹੀ ਨਹੀਂ ਲੱਗੇ ਵੀ ਆਲੇ ਦੁਆਲੇ ਮੇਰੇ ਕੌਣ ਬੈਠਾ ਕੀ ਕਰੀ ਜਾਂਦਾ ਵਾ। ਡਜ਼ਨਟ ਮੈਟਰ ਕਿਸੇ ਦੇ ਨਾ ਵੇਖਿਆ ਨਾ ਕਰੋ, ਬਸ ਆਪਦੇ ਐਗਜ਼ਾਮ ਵੱਲ ਫੋਕਸ ਰੱਖਿਆ ਕਰੋ ਵੀ ਮੈਂ ਕੀ ਕਰਨਾ ਵਾ, ਮੈਂ ਕੀ ਕਰਦਾ ਪਿਆ ਵਾ। ਜੇ ਤੁਹਾਡਾ ਆਪਣੇ ਐਗਜ਼ਾਮ ਵੱਲ ਫੋਕਸ ਆ, ਸਿਰਫ ਆਪਣੇ ਐਗਜ਼ਾਮ ਤੇ ਦਿੰਦੇ ਪਏ ਹੋ, ਆਲੇ ਦੁਆਲੇ ਵੱਲ ਧਿਆਨ ਘੱਟ, ਆਲੇ ਦੁਆਲੇ ਵੱਲ ਘੱਟ ਸੁਣਦੇ ਪਏ ਹੋ, ਸਿਰਫ ਆਪਣੀ ਵਾਰਡ ਸੁਣਦੇ ਪਏ ਹੋ, ਆਪਦੇ ਐਗਜ਼ਾਮ ਵੱਲ ਫੋਕਸ ਕਰਦੇ ਪਏ ਹੋ, ਡੈਫੀਨੇਟਲੀ ਤੁਹਾਡਾ ਐਗਜ਼ਾਮ ਵਧੀਆ ਹੋਊਗਾ। ਤੇ ਬਸ ਇਹ ਚੀਜ਼ਾਂ ਨੂੰ ਧਿਆਨ 'ਚ ਰੱਖਿਓ, ਬ੍ਰੇਕੀ ਵਾਲੀਆਂ ਚੀਜ਼ਾਂ ਨੂੰ। ਜੇਕਰ ਇਹ ਚੀਜ਼ਾਂ ਤੁਸੀਂ ਧਿਆਨ 'ਚ ਰੱਖੀਆਂ, ਡੈਫੀਨੇਟਲੀ ਤੁਹਾਡਾ ਐਗਜ਼ਾਮ ਵਧੀਆ ਹੋਊਗਾ।